सत श्रीकाल वेलियो, बहुत बहुत स्वागत है अज की एक होर वीडियो में। अज आप पहुंचे हाँ खालसा मोबाइल स्टोर पर। जिमें कि तुम पिछे बोर्ड पर देख रहे हो दोस्तों, रेट हैडफोन का 5 रुपये, ग्लासगार्ड 10 रुपये, तो डाटा केबल 5 रुपये। सारा समान बिल्कुल टॉफियां के भाव एक दाह दुकाने तो बाई हर आप गलबात भी कराने। दुकान का एड्रैस भी थोनों दस दिए दोस्तों, बिल्कुल मस्तुआना गुरद्वारा साहब के जी सामने वाली रोड है, वो रोड तो 4 दुकाना छड़ के बाई होर की दुकान है खालसा मोबाइल स्टोर। तो बाई होर को चलते आप आओ वेलियो करते हैं बई ना गलबात। की हाल चाल ने बई? होर भी वीडियो कई आई है ना, ते जमा समान थोड़ा टॉफियां दे पास समान 5 रुपया दे हेडफोन, हां जी भैया, ते 5 रुपया दी डाड़ा केवल ते होर गार्ड गूड तो जमी है ना, टॉफियां दे भाल आ कम आ भाई। इतना सस्ता समान पहला मैं दसो भी लेणे कित्थों जाके भाई? जिथों जेड़ा समान जिवें दा सस्ता पैंदा आपां उत्थे ही मंगवा लईदा। अच्छा भाई, समान सारा अपने कोल दुकान ते हुंदा, कुछ लिया के नहीं जाके नहीं लैंदे। ते रेट सारिआं नूं इक्को हुंदा, बस कोई ज्यादा कमाई जांदा कोई घट कमाई जांदा। देख लो सिंपल समान रख रखे फटिया, कोई ज्यादा डेकोरेशन नहीं हैगी, कोई शीशे ते खर्चा नहीं, कोई एसी ते खर्चा नहीं। जेड़ा रेट आउंदा 2-4 रुपए मार जा रख के आपां देई जांदे। अच्छा भाई, 2-4 रुपए दी कमाई कर दो, 2-4 रुपए दी कमाई, ओह जे 4 गाहक वध आ जांदे। इहदा मतलब भाई जिवें हुण हेडफोन वगैरह दूजियां होर शॉपां वाले आ 100-100 रुपए दे, 80-80 रुपए दे ना आराम नाल लाई जांदे, ओह पर भाई इन्नी नहीं कमाई करदे। अपने कोल 80 रुपए दा क्लास्ट हेडफोन बोट जेहड़े आपां कहिंदे आ बोट दे ला लो जां रियलमी दे ला लो। अच्छा भाई, किन्ने दे आ रियलमी दे? रियलमी दे अपने कोल 90 रुपए दे लास्ट है। 90 रुपए दे लास्ट है। ਸਾਰਿਆਂ ਨੂੰ ਪਹਿਲਾਂ ਬਈ ਕੀ ਆਈਟਮ ਦਿਖਾਉਂਗੇ? ਸਾਰਿਆਂ ਨੂੰ ਪਹਿਲਾਂ ਬਈ ਆਪਣੇ ਕੋਲ 1 ਰੁਪਏ ਤੋਂ ਸਟਾਰਟ ਹੈ। 1 ਰੁਪਏ ਤੋਂ ਸਟਾਰਟ ਹੈ ਬਈ। ਬਾਹਰ ਮਹਾ ਕਿਤੇ 5 ਰੁਪਏ ਤੋਂ ਬਈ 1 ਰੁਪਏ ਤੋਂ ਸਟਾਰਟ, 1 ਰੁਪਏ ਤੋਂ ਸਟਾਰਟ ਹੈ ਬਈ। ਇਹ ਪਿੰਨਾ ਆ ਗਿਆ ਬਈ, ਪਿੰਨਾ ਆ ਗਿਆ ਬਈ। 1 ਰੁਪਏ ਤੋਂ ਸਟਾਰਟਿੰਗ ਹੁੰਦੀ ਆ, ਬਿਲਕੁਲ ਦੇਖ ਲਓ ਆ ਪਿੰਨ 1 ਰੁਪਏ ਦੀ ਆ। ਬਾਹਰੋਂ ਲੈਣ ਬਈ ਜੀ ਬਈ ਇਹਦੇ 10 20 ਰੁਪਏ ਲੜਨ, 10 ਰੁਪਏ ਤੋਂ ਘੱਟ ਤਾਂ ਕਿਤੇ 10 ਰੁਪਏ ਤੋਂ ਘੱਟ ਕੋਈ ਨਹੀਂ ਦਿੰਦਾ। ਆ ਪਿੰਨ ਬਈ 1 ਰੁਪਏ ਦੀ ਆ, ਤੇ ਹੋਰ ਬਈ ਅੱਗੇ ਕੋਈ ਇਦੋਂ ਇਦੋਂ ਮਹਿੰਗੀ ਆਈਟਮ? ਆ ਫੋਨ ਬੈਕ ਦੇ ਪਿੱਛੇ ਲਾਉਣ ਵਾਲਾ ਇੱਕ ਦੇ देख सकते हो हेडफोन 5 रुपए। ਕੁਆਲਿਟੀ ਵਗੈਰਾ ਬਈ ਚੰਗੀ ਇਹਨਾਂ ਦੀ? ਬਈ ਵਧੀਆ ਆਵਾਜ਼ ਹੈ, ਕੱਲਾ ਮੈਕ ਹੈ ਨਹੀਂ ਇਹਦੇ ਵਿੱਚ, ਬਾਕੀ ਓਕੇ ਜੀ। ਹਾਂ 5 ਰੁਪਿਆਂ 'ਚ ਹੈੱਡਫੋਨ ਆ, ਬਸ ਕੱਲੀ ਮੈਕ ਵਾਲੀ ਸੁਵਿਧਾ ਹੈ ਨਹੀਂ। ਆ 10 ਰੁਪਏ ਵਾਲੇ ਆ ਗਏ। ਅੱਛਾ ਬਈ, ਇਹ ਆ ਗਏ 10 ਵਾਲੇ ਚਿੱਟੇ। ਆ ਦੇਖ ਲਓ ਬਿਲਕੁਲ 10 ਰੁਪਿਆਂ ਦੇ, 10 ਰੁਪਏ ਜਵਾਕ ਅੱਜ ਕੱਲ੍ਹ ਬਈ ਜਵਾਕ ਵੀ ਨਹੀਂ ਲੈਂਦੇ 10 ਰੁਪਏ ਹੈ ਨਾ, ਸਕੂਲ ਜਾਂਦੇ ਇਹ ਨਹੀਂ ਲੈਂਦੇ, ਨੀਲਾ ਜਿਹਾ ਦੇ ਨੋਟ। ਆ 20 ਰੁਪਏ ਵਾਲੇ ਆ ਗਏ। ਅੱਛਾ ਬਈ, ਇਹ 20 ਵਾਲੇ ਆ ਗਏ, ਇਹਨਾਂ 'ਚ ਮੈਕ ਆ? ਹਾਂ ਇਹ ਮੈਕ ਵਾਲਾ, ਇਹਨਾਂ ਦੇ ਨਾਲ ਮੈਕ ਆ। ਇਹ 20 ਰੁਪਿਆਂ ਜਾ ਗਿਆ, 30 ਵਾਲਾ ਆ ਗਿਆ। ਇਹ 30 ਵਾਲਾ ਖੋਲ ਕੇ ਦਿਖਾਉਂਗੇ ਬਈ? ਹਾਂਜੀ, ਇਹ ਮੰਨ ਕੇ ਚਲੋ ਇਹਦੀ ਤਾਰ ਤੂਰ ਦੀ ਵੀ ਕੁਆਲਿਟੀ ਬਹੁਤ ਵਧੀਆ ਆ ਗਈ ਇਹਨਾਂ ਨਾਲ, ਹੋ ਗਿਆ ਨਾ ਪੂਰਾ ਫਰਕ। ਨੂੰ ਆ ਯਾਰ ਜਾ ਰਹੇ ਆ ਸਮਾਨ। ਆ ਦੇਖ ਸਕਦੇ ਹੋ ਦੋਸਤੋ, ਆ 30 ਰੁਪਿਆਂ ਦੇ ਆ। ਅੱਛਾ, ਇਹ 40 ਚ ਆ ਗਏ ਬਈ। ਹਾਂ, ਤੇ ਹੋਰ ਕੀ ਕੁਛ ਆ ਬਈ? ਗਲਾਸਗਾਰਡ ਵੀ ਬਈ ਕਿੰਨੇ ਦਾ? ਗਲਾਸ 10 ਰੁਪਏ ਦਾ ਲਾਉਣਾ ਗਲਾਸਗਾਰਡ? ਹਾਂ 10 ਰੁਪਏ ਦਾ ਗਲਾਸਗਾਰਡ ਬਈ। ਗਲਾਸਗਾਰਡ 10 ਰੁਪਏ ਦਾ? 10 ਰੁਪਏ। ਤੇ ਇਹ ਗਲਾਸਗਾਰਡ ਆ ਬਈ? ਗਲਾਸਗਾਰਡ ਆ ਬਈ। 150 200 ਤੋਂ ਘੱਟ ਲਾਉਂਦੇ ਨਹੀਂ ਆਈਫੋਨ, ਭਾਵੇਂ ਆਪਣੇ ਕੋਲੇ 13 ਪ੍ਰੋ ਮੈਕਸ ਆ ਜੇ, ਆਪਾਂ ਉਹਨੂੰ ਵੀ ਸਿਰਫ 30 ਰੁਪਏ ਚ ਲਾ ਕੇ ਦੇਈਦਾ। ਇਹ ਜਿਹੜਾ ਚੰਗਾ ਗਲਾਸਗਾਰਡ ਆ, ਇਹ ਬਾਹਰਲੇ ਮਹਿੰਗਾ ਲਾਉਂਦੇ ਆ, 150-200 ਦਾ ਲਾਉਂਦੇ ਆ। ਹੈ ਹਾਂ ਬਈ, ਤੇ ਆਪਣੇ ਕੋਲ ਇਹ ਤੁਹਾਡੇ ਕੋਲ 30 ਰੁਪਏ ਦਾ ਐਚਡੀ ਗਲਾਸ ਸਾਰੇ ਆਪਣੇ ਕੋਲ, ਸਿਰਫ 30-30 ਰੁਪਏ ਚ। ਇਹ 30-30 ਰੁਪਏ ਆਉਂਦੇ ਆ ਬਈ। ਦੇਖ ਸਕਦੇ ਹੋ ਦੋਸਤੋ, ਬਹੁਤ ਹੀ ਜਾਇਜ਼ ਰੇਟ ਆ, ਤੁਸੀਂ ਬਾਈਆਂ ਕੋਲੇ ਵਿਜ਼ਿਟ ਜ਼ਰੂਰ ਕਰੋ। ਤੇ ਬਾਈਆਂ ਦੇ ਆਪਾਂ ਐਡਰੈਸ ਦੀ ਗੱਲ ਕਰੀ ਤਾਂ ਮਸਤੂਆਣਾ ਗੁਰਦੁਆਰਾ ਸਾਹਿਬ ਦੇ ਜਿਹੜੀ ਬਿਲਕੁਲ ਸਾਹਮਣੇ ਰੋਡ ਜਾਂਦੀ ਆ, ਤੇ ਉਹ ਰੋਡ ਦੇ ਉੱਪਰ 4-5 ਦੁਕਾਨਾਂ ਛੱਡ ਕੇ ਖਾਲਸਾ ਮੋਬਾਈਲ ਸਟੋਰ ਦੇ ਨਾਂ ਤੇ ਬਾਈਆਂ ਦੀ ਦੁਕਾਨ ਆ। ਬਾਈ ਦਾ ਨਾਮ ਕੀ ਨਾ ਕੀ ਦੱਸੇ? ਚਰਨਪ੍ਰੀਤ ਸਿੰਘ। ਹਾਂਜੀ ਬਈ, ਚਰਨਪ੍ਰੀਤ ਸਿੰਘ ਬਾਈ ਦਾ ਨਾਂ। ਤੇ ਦੁਕਾਨ ਤੇ ਤੁਹਾਨੂੰ ਸਟਾਕ ਅੱਗੇ ਬਹੁਤ ਮਿਲ ਜਾਣਾ। ਰਾਮੇ ਮੰਨੀ ਆਉਣੇ ਆ ਤਾਂ ਵੀ ਮਸਤੂਣਾ ਗੁਰਦੁਆਰਾ ਸਾਹਿਬ ਕਰਨੀ ਬਈ? ਹਾਂ, ਰਾਮਾ ਰੋਡ ਤੋਂ ਆਉਣੇ ਆ ਤਾਂ ਮਸਤੂਣਾ ਰੋਡ ਆ ਜਾਓ। ਹਾਂ, ਤੇ ਗੁਰਦੁਆਰੇ ਦੇ ਜਮਾ ਫਰੰਟ ਤੇ ਆਪਣੀ ਦੁਕਾਨ। ਤੇ ਬਿੱਲੀਓ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਭਰਾ ਦੇਖ ਸਕਣ।
ਤੇ ਫਾਇਦਾ ਹੋ ਸਕੇ ਕਿਸੇ ਭਰਾ ਦਾ ਬਾਈਆਂ ਕੋਲੇ ਸਮਾਨ ਬਹੁਤ ਸਸਤੇ ਮੁੱਲ ਰੇਟਾਂ ਦਾ ਤੇ ਇਹ ਸਮਾਨ ਸਮੂਨ ਬਾਈ ਫਿਰ ਕਿਤੋਂ ਦਿੱਲੀੋਂ ਲੈ ਕੇ ਉਹਨੂੰ ਨਹੀਂ ਅਲੱਗ-ਅਲੱਗ ਜਗ੍ਹਾ ਤੋਂ ਆਉਂਦਾ ਬਾਈ ਜਿੱਥੋਂ ਜਿਹੜੀ ਚੀਜ਼ ਸਸਤੀ ਪੈਂਦੀ ਹੈ ਨਾ ਉੱਥੋਂ ਮੰਗਵਾ ਲਈਦੀ ਹੈ ਤੇ ਹੋਰ ਕੀ ਕੁਛ ਆ ਬਾਈ ਜਿਵੇਂ ਇੱਧਰ ਦੇਖ ਰਹੇ ਆ ਆਪਾਂ ਆ ਸਮਾਰਟ ਵਾਚ ਵਗੈਰਾ ਵੀ ਪਈਆਂ ਨੇ ਹਾਂ ਸਮਾਰਟ ਵਾਚ ਬਾਈ ਜਿਵੇਂ ਤੁਹਾਨੂੰ ਪਤਾ 1800 2200 2400 ਆ ਰੇਟ ਚ ਆਉਂਦੀਆਂ ਅੱਛਾ ਬਾਈ ਕੋਲੇ ਆ 700 ਰੁਪਏ ਦੀ ਰੇਟ ਚ ਵੈਸੇ ਇਹ ਹੁੰਦੀ 1700 ਦੀ 7 Pro Max ਹੈ 700 ਰੁਪਏ ਦੀ ਰੇਂਜ ਚ ਅੱਛਾ ਬਾਈ 900 ਰੁਪਏ ਦੀ ਰੇਂਜ ਚ ਇਹ 900 ਰੁਪਏ ਦੀ ਰੇਂਜ ਚ ਖੋਲ ਕੇ ਦਿਖਾਉਂਗੇ ਵੱਡੇ ਬਾਈ ਹਾਂਜੀ ਇਹ 900 ਰੁਪਏ ਚ ਜਿਹੜੀ ਬਾਹਰ 3-4 ਹਜ਼ਾਰ ਦੀ ਮਿਲਦੀ ਆ ਦੋਸਤੋ ਉਹ ਬਾਈਆਂ ਕੋਲੇ ਆ ਕੇ ਤੁਹਾਨੂੰ 900 ਰੁਪਏ ਚ ਮਿਲ ਜੂਗੀ ਆ ਦੇਖ ਸਕਦੇ ਹੋ ਸਮਾਰਟ ਵਾਚ ਟੜਕਣ ਟੜਕਣ ਵਧੀਆ ਦੱਸਦੀ ਆ ਬਾਈ ਪ੍ਰੋਪਰ ਓਕੇ ਜੀ ਦੇਖ ਸਕਦੇ ਹੋ ਦੋਸਤੋ ਓਕੇ ਦੀ ਰਿਪੋਰਟ ਹੈ ਕੇ ਦੇਵਾਂਗੇ ਨਾਲ 3 ਮਹੀਨੇ ਦੀ ਤੇ ਗਾਰੰਟੀ ਵਗੈਰਾ ਬਾਈ ਇਹਨਾਂ ਦੀ 3 ਮਹੀਨੇ ਦੀ ਗਾਰੰਟੀ ਬਾਈ ਕਣੀਆਂ ਦੀ ਕਣੀਆਂ ਦੀ 3 ਮਹੀਨੇ ਦੀ ਗਾਰੰਟੀ ਤੇ ਹੈੱਡਫੋਨ ਵੀ ਆਉਂਦੇ ਹੋ ਕੋਈ ਗਾਰੰਟੀ ਵਾਲੇ ਹਾਂ ਹੈੱਡਫੋਨ ਗਾਰੰਟੀ ਅੱਛਾ ਬਾਈ ਹੁਣ ਤਾਰ ਵਾਲੇ ਚ ਤਾਂ ਕੋਈ ਦਿੱਕਤ ਹੀ ਨਹੀਂ ਜਦੋਂ ਮਰਜ਼ੀ ਬਦਲਾ ਕੇ ਲੈ ਜਾਓ ਜੇ ਕੋਈ ਖਰਾਬ ਹੁੰਦੀ ਹੈ ਤਾਰ ਵਾਲਿਆਂ ਚ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਤੇ ਵਾਇਰਲੈਸ ਵੀ ਆਉਂਦੇ ਨੇ ਬਾਈ ਹਾਂ ਵਾਇਰਲੈਸ ਆਉਂਦੇ ਵਾਇਰਲੈਸ ਵੀ ਆ ਸਮਾਨ ਦੇਖ ਸਕਦੇ ਹੋ ਦੋਸਤੋ ਬਾਈਆਂ ਕੋਲੇ ਬੈਂਟਰੀਆਂ ਬੂਟਰੀਆਂ ਰਿਪੇਅਰ ਦਾ ਵੀ ਕਰ ਦੋ ਬਾਈ ਨਾਲ ਰਿਪੇਅਰ ਦਾ ਬਾਈ ਹਜੇ ਸਟਾਰਟ ਨਹੀਂ ਕੀਤਾ ਰਿਪੇਅਰ ਦਾ ਅੱਗੇ ਜਾ ਕੇ ਦੇਖਾਂਗੇ ਅੱਛਾ ਬਾਈ ਸਟਾਕ ਦੇਖ ਸਕਦੇ ਹੋ ਦੋਸਤੋ ਬਾਈਆਂ ਕੋਲੇ ਨਵਾਂ ਆਇਆ ਸਸਤੇ ਸਮਾਨ ਦਾ ਤੇ ਆ ਜੋ ਛੇਤੀ ਛੇਤੀ ਚੱਕ ਲਓ ਗਰਾਂ ਬਾਈਆਂ ਦਾ ਨੰਬਰ ਦਿੰਦੇ ਹਾਂ ਡਿਸਪਲੇ ਤੇ ਤੇ ਕੱਢ ਦਿਓ ਭੂੰਡ ਜਮਾਂ ਬਿਲਕੁਲ ਟੌਫੀਆਂ ਦੇ ਭਾਅ ਵਾਲਾ ਸਮਾਨ ਆ ਆ ਦੇਖੋ ਅੱਛਾ ਬਾਈ ਇਹ ਵਾਇਰਲੈਸ ਆ ਗਏ ਆ ਵਾਇਰਲੈਸ i11 ਇਹ i11 150 ਰੁਪਏ ਦੇ ਇਹ 150 ਰੁਪਏ ਦੇ ਆ ਗਏ ਬਾਈ ਆ 200 ਰੁਪਏ ਵਾਇਰਲੈਸ 150 ਦੇ ਹਾਂਜੀ ਇਹ 200 ਚ ਆ ਗਏ ਬਾਈ 200 ਰੁਪਏ ਦੇ i7 ਇਹ i7 ਆ i12 ਅੱਛਾ 900 ਤੋਂ ਕੱਢ ਕੇ ਦਿੰਦੇ ਆਪਣੇ ਕੋਲ 300 ਰੁਪਏ ਦੇ ਸਰ ਇਹ ਇਹ 950 ਦੇ ਦਿੰਦੇ ਆ ਹਾਂ ਇਹੀ ਮਾਰਕੀਟ 'ਚ ਰੇਟ ਚੱਲਦਾ ਮਾਰਕੀਟ 'ਚ 1200 ਤੱਕ ਵੀ ਵੇਚੀ ਜਾਂਦੇ ਆ ਅੱਛਾ ਬਈ 1200 ਦੇ ਵੀ ਵੇਚੀ ਜਾਂਦੇ ਨੇ ਇਹ ਆਪਣੇ ਕੋਲ ਕਿੰਨੇ ਦੇ ਹੈ 300 ਰੁਪਏ ਦੇ 300 ਰੁਪਏ ਦੇ ਕੁੱਲੀ 300 ਰੁਪਏ ਦੇ ਹੈ ਤੇ ਹੋਰ ਬਈ ਆ ਜਾਂਦੇ 850 ਰੁਪਏ ਇਹ 850 ਇਹ ਉਹ ਪ੍ਰੋ ਵਾਲਾ ਆ ਗਿਆ ਹੈ ਹਨਾ ਆਈਫੋਨ ਦੇ ਸ਼ੋ ਹੋਣਗੇ ਜਿਵੇਂ origignal ਚੀਜ਼ ਨਹੀਂ ਹੁੰਦੀ ਆਈਫੋਨ ਦੇ ਤੇ ਇਹਦਾ ਇਹਦਾ ਕੀ ਰੇਟ ਆ ਬਈ ਰੰਗ ਵੀ ਲੱਗ ਲੱਗ ਹਾਂਜੀ ਅੱਛਾ ਬਾਈ ਆਹ ਦੇਖ ਸਕਦੇ ਹੋ 1300 ਰੁਪਏ ਦੇ ਬਾਜ਼ਾਰ ਚ ਵਿਕੀ ਜਾਂਦੇ ਆ ਪ੍ਰੋ 5 ਆ ਪ੍ਰੋ 5 ਆ ਜਿਹੜੇ ਇਹ 1300 ਦੇ ਬਾਜ਼ਾਰ ਚ ਤੇ ਆਪਣੇ ਕੋਲੇ ਕਿੰਨੇ ਦੇ ਆ ਬਾਈ ਟੋਟਲ 500 ਰੁਪਏ ਦੇ ਜੇ ਤੁਹਾਡੀ ਕੋਈ ਵੀਡੀਓ ਦੇਖ ਕੇ ਆਉਂਦਾ ਆਪਾਂ ਹੋਰ ਵੀ 50 ਰੁਪਏ ਘੱਟ ਲੈ ਲਾਂਗੇ ਅੱਛਾ ਬਾਈ ਤੇ ਵੀਡੀਓ ਦੇਖ ਕੇ ਭਰਾ ਨੂੰ ਜੇ ਤੁਸੀਂ ਕਹਿ ਦੇਵੋਗੇ ਵੇਲੀਓ ਵੀ ਅਸੀਂ ਵੀਡੀਓ ਦੇਖ ਕੇ ਆਏ ਆ ਤਾਂ ਤੁਹਾਨੂੰ ਹੋ ਸਕਦਾ ਬਾਈ 50 ਰੁਪਏ ਹੋਰ ਵੀ ਲੈਸ ਕਰ ਦੇ ਬਾਈ ਨੇ ਆਫਰ ਵੀ ਦੇਤਾ ਕਹਿੰਦਾ ਬਾਈ ਕਹਿੰਦਾ ਜਿਹੜੇ ਵੀਡੀਓ ਦੇਖ ਕੇ ਆਉਣਗੇ ਉਹਨਾਂ ਨੂੰ 50 ਰੁਪਏ ਹੋਰ ਵੀ ਘਟਾ ਕੇ ਦੇਵਾਂਗੇ ਤੇ ਹੋਰ ਕੀ ਚੀਜ਼ਾਂ ਬਾਈ ਹੋਰ ਕੀ ਹਾਈਲਾਈਟ ਆਪਣੀ ਸ਼ੌਪ ਤੇ ਨੈਕ ਵਾਲੇ ਆ ਜਾਂਦੇ ਆ ਨੈਕ ਵਾਲੇ ਵੀ ਆਉਂਦੇ ਆ ਆ 300 ਰੁਪਏ ਦੇ ਆ 300 ਵਾਲੇ ਆ ਗਏ ਇਹ ਤਾਰ ਵਾਲੇ ਆ ਗਏ ਜਿਹੜੇ ਧੌਣ ਤੋਂ ਹੀ ਪੈਂਦੇ ਆ ਬਾਈ ਹਨਾ ਆ 350 ਰੁਪਏ ਦੇ ਆ ਆ 350 ਦੇ ਆ ਗਏ ਬਾਈ ਆ ਬਾਈ 30 ਦਿਨਾਂ ਦਾ ਬੈਟਰੀ ਬੈਕਅਪ ਹੈ ਇਹਦਾ ਸਿਰਫ 12 ਵਾਰੀ ਚਾਰਜ ਲਾਉਣੇ ਪੈਂਦੇ ਆ ਆ ਬੋਟ ਵਾਲੇ ਬਾਈ ਬੋਟ ਵਾਲੇ ਆ ਬੋਟ ਵਾਲੇ ਦੋਸਤੋ 30 ਦਿਨਾਂ ਦਾ ਬੈਕਅਪ ਆ ਬਾਈ ਕਹਿੰਦਾ ਸਾਲ 'ਚ 2 ਵਾਰੀ ਚਾਰਜ ਲਾਓ ਤੇ ਸੁਣੀ ਚੱਲੋ ਨਜ਼ਾਰੇ ਨਾਲ ਗਾਣੇ ਗੁਣੇ ਤੇ ਇਹ ਕਿੰਨੇ ਰੁਪਈਆਂ ਦੇ ਆ ਬਾਈ ਇਹ 850 ਦੇ ਇਹ ਜਿਹੜੇ ਬੋਟ ਵਾਲੇ ਆ ਆ ਦੋਸਤੋ 850 ਰੁਪਈਏ ਦੇ ਆ ਜਿਹੜਾ ਦਾ ਕਾਲਿੰਗ ਤੇ 30 ਦਿਨਾਂ ਦਾ ਬੈਟਰੀ ਬੈਕਅਪ ਆ ਕਾਲਿੰਗ ਤੇ 30 ਦਿਨਾਂ ਦਾ ਬੈਟਰੀ ਬੈਕਅਪ ਆ ਬਾਈ ਹੈ ਤੇ ਆਹ ਦੂਜੇ ਬਾਈ ਜਿਵੇਂ ਆ ਗਏ ਇਹਨਾਂ ਦੀ ਬਾਈ ਕੋਈ ਗਾਰੰਟੀ ਵਗੈਰਾ ਇਹਨਾਂ ਦੀ ਬਾਈ 100 ਵਾਲਿਆਂ ਦੀ ਕੋਈ ਗਾਰੰਟੀ ਨਹੀਂ ਹੈਗੀ ਉਦੋਂ ਬਾਅਦ ਚ ਜੇ ਕੋਈ ਤੁਹਾਨੂੰ ਦੱਸਿਆ ਇਹਦੀ ਤਾਂ ਫੁੱਲ ਗਾਰੰਟੀ ਆ ਅੱਛਾ ਬਾਈ ਇਹਨਾਂ ਚ ਜੇ ਕੋਈ ਦਿੱਕਤ ਆਉਂਦੀ ਹੈ 1-2 ਦਿਨਾਂ ਚ ਪੀਸ ਚੇਂਜ ਕਰਾ ਕੇ ਦੇ ਦੇਣਾ 1-2 ਦਿਨਾਂ ਚ ਚੇਂਜ ਕਰਕੇ ਦੇ ਦੋਗੇ ਤੇ ਹੋਰ ਬਾਈ ਕੋਈ ਆਹ ਜਿਹੜੇ ਕਵਰ ਵਗੈਰਾ ਇਹ ਕੀ ਪ੍ਰਾਈਸ ਦੇਣੇ ਕਵਰ ਬਾਈ 30-40 ਰੁਪਏ ਦੇ 50-50 ਰੁਪਏ ਦੇ ਬਸ
ਜਾਨੀ ਕਿ ਭਾਈ ਜਿਹੜੇ ਆਮ ਜਿਵੇਂ ਆ ਆਮ ਕਾ ਸਾਡੇ ਕੋਲ ਜਿਹੜੇ ਕੋਈ ਵੀ ਕਵਰ ਹੈ 100 ਤੋਂ 120 150 ਤੋਂ ਘੱਟ ਕੋਈ ਕਵਰ 150 ਤੋਂ ਘੱਟ ਹੋਰ ਦੁਕਾਨਾਂ ਤੇ ਕੋਈ ਰੁਪਏ ਦੇ ਉੱਤੇ ਕੋਈ ਕਵਰ ਨਹੀਂ ਹੈ ਸਾਰੇ 50 ਤੋਂ ਥੱਲੇ ਥੱਲੇ ਮਿਲ ਜਾਂਦੇ 50 ਤੋਂ ਥੱਲੇ ਥੱਲੇ ਤੇ ਹਰੇਕ ਫੋਨ ਦੇ ਮਿਲ ਜਾਂਦੇ ਆ ਭਾਈ ਗਾਰਡ ਵਗੈਰਾ ਸਾਰੇ ਫੋਨਾਂ ਦੇ ਅਵੇਲੇਬਲ ਆ ਕਈ ਵਾਰੀ ਨਹੀਂ ਵੀ ਹੁੰਦਾ ਤਾਂ ਮੰਗਵਾ ਦਿੰਦੇ ਆ ਬਾਕੀ ਸਮਾਨ ਥੋੜਾ ਥੋੜਾ ਆਈ ਜਾਂਦਾ ਅੱਛਾ ਦੁਬਾਰੇ ਸਟਾਰਟ ਕੀਤਾ ਕਰਕੇ ਕੰਮ ਥੋੜੀ ਦਿੱਕਤ ਆ ਜਾਂਦੀ ਹੈ ਨਹੀਂ ਸਾਰਾ ਸਮਾਨ ਆ ਜਾਊਗਾ ਇੱਕ ਦੋ ਦਿਨ ਤੇ ਨਹੀਂ ਵੱਡੇ ਭਾਈ ਹੁਣ ਜਿਵੇਂ ਆਪਾਂ ਕਵਰ ਦੀ ਗੱਲ ਕਰੀਏ ਕਵਰ ਹੋਰ ਦੁਕਾਨ ਤੇ ਆਪਾਂ ਲਵਾਉਣ ਜਾਂਦੇ ਆ ਤੇ ਘੱਟੋ ਘੱਟ 100-150 ਤੋਂ ਲਾਉਂਦੇ ਆ ਹਨਾ ਤੁਹਾਡੇ ਕੋਲੇ ਕੋਈ ਵੀ ਭਰਾ ਜਿਵੇਂ ਹੁਣ ਆਪਣੇ ਤਲਵੰਡੀ ਇੱਥੇ ਦਮਦਮਾ ਸਾਹਿਬ ਆਉਂਦੀ ਰਹਿੰਦੇ ਆ ਸਟੂਡੈਂਟ ਬਹੁਤ ਆਉਂਦੇ ਆ ਤਾਂ ਬੇਲੀਓ ਤੁਸੀਂ ਬਾਈਆਂ ਦੀ ਜਮਾ ਮਸਤੂਆਣਾ ਗੁਰਦੁਆਰਾ ਸਾਹਿਬ ਕੋਲ ਸ਼ੌਪ ਆ ਕੋਈ ਫੋਨ ਦੀ ਅਸੈਸਰੀ ਲੈਣੀ ਆ ਤੁਸੀਂ ਬਾਈਆਂ ਕੋਲੇ ਆ ਕੇ ਲੈ ਸਕਦੇ ਹੋ ਬਿਲਕੁਲ ਜਾਇਜ਼ ਰੇਟਾਂ ਤੇ ਆ ਤੇ ਇੱਕ ਬਾਈ ਉਹ ਜਿਵੇਂ ਸਪੀਕਰ ਵਗੈਰਾ ਗੈਜਟ ਵਗੈਰਾ ਕਹਿੰਦੇ ਸੀ ਉਹ ਵੀ ਜ਼ਰੂਰ ਦਿਖਾਓ ਹਾਂ ਸਪੀਕਰ ਆ ਦੇਖੋ ਬਈ ਇੱਥੋਂ ਸਟਾਰਟ ਆ अच्छा पॉकेट स्पीकर है ते पॉकेट बड़ी आवाज वाले आ गए अच्छा भाई सिर्फ 140 रुपए तो स्टार्ट है ये 140 रुपया दा आ देख सकते हो दोस्तों ये 140 रुपया दा ये वाला आ गया ऊंची आवाज वाला भाई अपने को सिर्फ 190 रुपए दा आ 300 दा आंदा बाजार च ते 190 रुपया दा थनु भाई होरां कोले मिल जू ਆ ਬੜੇ ਤੋਂ ਬੜੇ ਮਿਲ ਜਾਣਗੇ ਹੋਰ ਬਹੁਤ ਤਰ੍ਹਾਂ ਦੇ ਅੱਛਾ ਭਾਈ ਹੋਰ ਬਹੁਤ ਨੇ ਇਹ ਕਿੰਨੇ ਕ ਦਾ ਭਾਈ ਵੱਡਾ ਸਾਰੇ ਆ ਸਪੀਕਰ ਹੀ ਨੇ ਸਪੀਕਰ ਹੀ ਨੇ ਆ ਸਪੀਕਰਾਂ ਸਪੂਕਰਾਂ ਵਾਲੀ ਅਸੈਸਰੀ ਦੋਸਤੋ ਤੁਹਾਨੂੰ ਬਹੁਤ ਆਜੂ ਇੱਕ ਵਾਰੀ ਬਾਈ ਹੋਰਾਂ ਕੋਲੇ ਵਿਜਿਟ ਜ਼ਰੂਰ ਕਰਕੇ ਜਾਇਓ ਤੇ ਸਮਾਨ ਬਹੁਤ ਘੈਂਟਾ ਬਾਈਆਂ ਬਿਲਕੁਲ ਕਨੈਕਟਡ ਆ ਨਾਲ ਤਾਂ ਅੱਛਾ ਭਾਈ ਨਾਲੇ ਮਾਈਕ ਆ ਤੇ ਨਾਲੇ ਸਪੀਕਰ ਆ ਹਾਂਜੀ ਦੋਨੇ ਕੰਮ ਦਿੰਦਾ ਭਾਈ ਹੈ ਆ ਦੇਖ ਸਕਦੇ ਹੋ ਦੋਸਤੋ 6 ਬੈਟਰੀ ਦੀ ਆ ਦੇਖਣ ਵਾਲ ਨੂੰ ਬੈਟਰੀ ਲੱਗੂ ਤੇ ਨਾਲੇ ਅੰਦਰ ਗੋਣੇ ਤੇ ਮਾਈਕ ਵਾਲੇ ਵੀ ਆ ਤੇ ਸਪੀਕਰ ਵਾਲੇ ਵੀ ਆ ਰਿਕਾਰਡਿੰਗ ਕਰਦਾ ਬਈ ਅੱਛਾ ਬਈ ਤੇ ਇੱਕ ਬਈ ਜਿਹੜਾ ਗਮਲਾ ਜਾ ਪਿਆ ਇਹ ਬੜਾ ਦੇਖਿਆ ਇਹ ਹਲਦਾ ਇਹ ਵੀ ਦਿਖਾਉਂਗੇ ਬਈ ਹਾਂ ਨਹੀਂ ਮਿਲਦਾ ਬਈ ਆਪਣੇ ਹਜੇ ਘੱਟ ਆਉਂਦੀ ਹੈ ਆਨਲਾਈਨ ਹੀ ਮਿਲਦਾ ਇਹ ਕਹਿੰਦੇ ਜਿਵੇਂ ਬੋਲਦੇ ਆਪਾਂ ਬਈ ਹਾਂ ਆਪਣੀ ਉਵੇਂ ਹੀ ਹਲਦਾ ਇਹ ਬੋਲਦਾ ਹਨਾ ਕਾਪੀ ਕਰ ਇਹ ਦਿਖਾ ਬਈ ਚਲਾ ਕੇ ਜ਼ਰੂਰ ਯਾਰ ਇਹ ਥੋੜਾ ਜਿਹਾ ਹੁਣ ਜ਼ਿਆਦੇ ਪਜਲ ਹੋਈ ਜਾਊਗਾ ਕਿਉਂਕਿ ਆਪਾਂ ਬਾਹਲੇ ਜਾਣੇ ਬੋਲੀ ਜਾਂਦੇ ਆ ਅੱਛਾ ਬਈ ਹਾਏ ਹਾਏ ਜਦੋਂ ਇੱਕ ਜਣਾ ਬੋਲਦਾ ਤਾਂ ਉਹਦੀ ਬਾਜ ਕੈਚ ਕਰਦਾ ਹੈ ਵਧੀਆ ਪ੍ਰੋਪਰ ਦੇਖੋ ਦੋਸਤੋ ਇਹੋ ਜਿਹੇ ਬਾਈ ਕੋਲੇ ਡਾਂਸ ਕਰਨ ਵਾਲੇ ਵੀ ਗੈਜਟ ਕਮਾਲ ਕਮਾਲ ਦੀਆਂ ਚੀਜ਼ਾਂ ਤੇ ਵਿਜ਼ਿਟ ਜ਼ਰੂਰ ਕਰਿਓ ਬਾਈ ਹੋਰਾਂ ਕੋਲੇ ਬਹੁਤ ਤੁਹਾਨੂੰ ਦੇਖਣ ਵਾਲੀਆਂ ਚੀਜ਼ਾਂ ਆਹ ਕਵਰ ਦਿਖਾ ਦਈਏ ਸੱਚ ਤੁਹਾਨੂੰ ਸਟਾਕ ਜਿਹੜਾ ਨਵਾਂ ਆ ਆਹ ਦੇਖੋ ਕਵਰਾਂ ਦੇ ਥੱਬੇ ਤੇ ਥੱਬੇ ਆਏ ਇਹ ਤਾਂ ਬਾਈ ਸਮਾਨ ਗੱਟਿਆਂ 'ਚ ਹੀ ਆਉਂਦਾ ਹੋਊ ਹਨਾ ਬਹੁਤ ਬਾਈ ਰਾਤ ਰਾਤ ਹੀ ਆਇਆ ਸਮਾਨ ਅੱਛਾ ਬਾਈ ਕੋਈ ਲਿਸਟ ਨਹੀਂ ਬਣਾਈ ਕੁਛ ਨਹੀਂ ਇਹਦਾ ਇੱਕ 'ਚ 4 ਮਾਡਲ ਹੈ ਅੱਛਾ ਬਾਈ ਜੇ ਖੋਲਿਆ ਨਹੀਂ ਅਸੀਂ ਇਦਾਂ ਹੀ ਚਿੰਤਾ ਰਾਤ ਕਾਲੀ ਕਾਲੀ 'ਚ ਅੱਛਾ ਬਾਈ ਖੋਲ ਕੇ ਤੇ ਡਿਸਪਲੇ ਕਰਾਂਗੇ ਫਿਰ ਪਤਾ ਲੱਗੂਗਾ ਕਿਵੇਂ ਕੁਛ ਤੇ ਆਹ ਭੈਣਾ ਵਾਸਤੇ ਜਿਹੜੇ ਕਵਰ ਹੁੰਦੇ ਫੈਂਸੀ ਜੇ ਹਨਾ ਬਾਈ ਹਜੇ ਹੋਰ ਬਹੁਤ ਤਰ੍ਹਾਂ ਦੇ ਆਉਣਗੇ ਇੱਕ ਦੋ ਆ ਪਬਜੀ ਵਾਲੇ ਬੇਲੀਆਂ ਵਾਸਤੇ ਸ਼ਿਕਾਰੀਆਂ ਵਾਸਤੇ ਤੇ ਆਹ ਹੋਰ ਜਿਵੇਂ ਕੁੜੀਆਂ ਨੂੰ ਜ਼ਿਆਦੇ ਪਿੰਕ ਪੁੰਕ ਰੰਗ ਪਸੰਦ ਹੁੰਦੇ ਆ ਬਾਈ ਹਨਾ ਆ ਕੁੜੀਆਂ ਵਾਸਤੇ ਵੀ ਸਪੈਸ਼ਲ ਮਟੀਰੀਅਲ ਬਾਈਆਂ ਕੋਲੇ ਆਇਆ ਹੋਇਆ ਕਵਰਾਂ ਕੁਵਰਾਂ ਵਾਲਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਦੋਸਤੋ ਸਮਾਨ ਨਾਲ ਦੁਕਾਨ ਬਾਈਆਂ ਦੀ ਭਰੀ ਪਈ ਆ ਤੇ ਇੱਕ ਬਾਈ ਆਹ ਉੱਤੇ ਪਿਆ ਰੇਡ ਕੇ ਜੇ ਇਹ ਕੀ ਐਡ ਜੀ ਗੋਨ ਦੇ ਟੀਵੀ ਹੁੰਦੇ ਆ ਬਾਈ ਟੀਵੀ ਆ ਇਹ ਮੋਬਾਈਲ ਨਾਲ ਬਲੂਟੁੱਥ ਕਨੈਕਟ ਹੋ ਜਾਂਦੇ ਆ ਹਾਂ ਇਹਦੇ ਵਿੱਚ ਫੋਨ ਰੱਖ ਕੇ ਤੁਸੀਂ ਦੇਖ ਸਕਦੇ ਹੋ ਸਕਰੀਨ ਵੱਡੀ ਹੋ ਜਾਂਦੀ ਆ ਅੱਛਾ ਬਾਈ ਸਕਰੀਨ ਵੱਡੀ ਹੋ ਜਾਂਦੀ ਕਿੰਨੀ ਕਿ ਡਬਲ ਕਰ ਦਿੰਦਾ ਬਾਈ ਵਧੀਆ ਕਲੀਅਰਟੀ ਚ ਦਿਖਾਉਂਦਾ ਬਾਈ ਪੂਰੀ ਕੁਆਲਿਟੀ ਚ ਦਿਖਾਉਂਦਾ ਦੇਖੋ ਬਾਈ ਬਾਈ ਕੋਲ ਨਵੇਂ ਨਵੇਂ ਗੈਜਟ ਜਿਹੜੇ ਆਪਾਂ ਦੇਖੇ ਵੀ ਨਹੀਂ 13ਵੇਂ ਤਰ੍ਹਾਂ ਦੇ ਤੇ ਇਹਦਾ ਮੁੱਲ ਕਿੰਨਾ ਬਾਈ ਇਹਦਾ ਮੁੱਲ ਬਾਈ 350 ਰੁਪਏ ਦਾ 350 ਦਾ ਹਾਂ ਤੁਹਾਨੂੰ ਦਿਖਾਉਣੇ ਭੁੱਲ ਗਿਆ ਸੀ ਮੈਂ ਇਹ 2200 2400 ਤੋਂ ਘੱਟ ਮਿਲਦੇ ਨਹੀਂ ਹੈਗੇ ਭਾਵੇਂ ਆਨਲਾਈਨ ਚੈੱਕ ਕਰ ਲਿਓ ਤੁਸੀਂ ਅੱਛਾ ਬਾਈ ਇਹਨਾਂ 'ਚ ਕੀ ਖਾਸ ਚੀਜ਼ ਹੈ ਬਾਈ ਤੁਸੀਂ ਦੇਖ ਲਓ ਬਾਈ ਦੇਖਣ 'ਚ ਹੀ ਪਤਾ ਲੱਗਦਾ ਆ ਬਾਕੀ ਬਾਬੇ ਹਨਾ ਆ ਨਾਲੇ ਤਾਂ ਲਾਈਵ ਮੰਨ ਕੇ ਚੱਲ ਡੱਬੀ ਖੋਲਣ ਤੇ ਬੈਟਰੀ ਬੂਟਰੀ ਕਿੰਨੇ ਪਰਸੈਂਟ ਰਹਿ ਗਈ ਸਾਰਾ ਸਿਸਟਮ ਚੰਗਾ ਤੇ ਬਾਜ ਬੂਜ ਬਾਈ 280 ਘੰਟੇ ਦਾ ਬੈਟਰੀ ਬੈਕਅਪ ਆ ਬਾਈ ਇਹਦਾ 280 ਘੰਟੇ ਇੱਕ ਵਾਰੀ ਡੱਬੀ ਚਾਰਜ ਕਰ ਲਿਓ 5-7 ਦਿਨ ਲੋਡ ਨਹੀਂ ਮੁੜ ਕੇ ਪੈਂਦੀ 5-7 ਦਿਨ 10 ਦਿਨ ਭੁੱਲ ਜਾਓ ਬਲਾ ਭੁੱਲ ਜਾਓ ਤੇ ਇਹ ਕਿੰਨੇ ਰੁਪਈਆਂ ਦੇ ਆ ਬਾਈ ਇਹ 800 ਰੁਪਏ ਦੇ ਬਾਈ 800 ਰੁਪਈਆ ਕੁੱਲੀ ਹਾਂਜੀ ਬਾਈ ਕੁੱਲੀ 800 ਰੁਪਈਏ ਦੇ ਆ ਬਾਈ ਇਧਰ ਡਾਟਾ ਕੇਬਲਾਂ ਪਈਆਂ ਇਹ ਡਾਟਾ ਕੇਬਲਾਂ ਦਾ ਵੀ ਮੁੱਲ ਜ਼ਰੂਰ ਦੱਸ ਇਹ ਆਕਸ ਹੈ ਬਾਈ ਅੱਛਾ ਬਾਈ ਹਾਂ ਇਹ ਆਕਸੋਰਡ ਜੁੜੀਆਂ ਡੈਕ ਵਾਲੀਆਂ ਆ ਗਈਆਂ ਹਨਾ ਹਾਂ ਬਾਈ 10 ਰੁਪਏ 20 ਰੁਪਏ ਦੱਸੋ ਬਿਲਕੁਲ 10 ਰੁਪਏ ਦੀ ਹੈ ਵੀ ਹਾਂਜੀ ਤੇ ਹੋਰ ਬਾਈ ਅੱਗੇ ਆਹ ਆਪਣੀ ਸਿੰਪਲ ਡਾਟਾ ਕੇਬਲ ਆ ਗਈਆਂ ਬਾਈ ਇਹ ਸਿਰਫ 40 ਰੁਪਏ ਦੀ ਹੈ 40 ਰੁਪਏ ਦੀ ਹਾਂ ਬਾਈ ਇਹ ਆਪਣੇ ਦੀ ਗਾਰੰਟੀ ਦਿੰਦੇ ਨਾਲ 6 ਮਹੀਨੇ ਦੀ ਜਲਦੀ ਜਲਦੀ ਖੜ ਦੇ ਆਪਣੀ ਬਦਲ ਕੇ ਲੈ ਜੇ ਠੀਕ ਹੈ ਅੱਗੇ ਆ ਬਾਈ ਸੀ ਟੈਪ ਆ ਗਈਆਂ ਆਈਫੋਨ ਵਾਲੀਆਂ ਆ ਗਈਆਂ
ਆਈਫੋਨ ਵਾਲੀਆਂ ਸਾਰੀਆਂ ਸੀ ਟੈਪ ਆ ਗਈਆਂ ਅੱਛਾ ਬਾਈ ਆ ਮੈਗਨੇਟ ਜਿਹੜੀ ਅੱਜ ਕੱਲ ਬੜੀ ਚੱਲਦੀ ਆ ਪਹਿਲਾਂ ਤਿੰਨ ਮੂੰਹ ਚਾਰ ਮੂੰਹ ਵਾਲੀਆਂ ਆਉਂਦੀਆਂ ਸੀ ਅੱਜ ਕੱਲ ਇਹ ਮੈਗਨੇਟ ਵਾਲੀਆਂ ਆਉਣ ਲੱਗ ਗਈਆਂ ਮੈਗਨੇਟ ਵਾਲੀਆਂ ਆ ਆਈਫੋਨ ਦੇ ਵੀ ਲੱਗ ਜਾਂਦੀਆਂ ਤੇ ਸੀ ਟੈਪ ਸਾਰੇ ਫੋਨਾਂ ਦੇ ਲੱਗ ਜਾਂਦੇ ਆ ਆਹ ਕੱਲੀ ਡੱਡ ਜੀ ਫੋਨ ਚ ਲਾ ਕੇ ਰੱਖਦੇ ਬਾਈ ਹਾਂਜੀ ਇਹ ਆ ਮੈਗਨੇਟ ਨਾਲ ਚੱਲ ਜਾਂਦਾ ਹਾਂ ਆਪੇ ਲੱਗ ਜਾਂਦੀ ਹੈ ਤੇ ਇਹ ਕਿੰਨੇ ਕਿੰਨੇ ਮੁੱਲ ਦੀਆਂ ਬਾਈ ਆ ਲਾਲ ਦੀਆਂ ਇਹ 40-40 50-50 ਰੁਪਏ ਦੀਆਂ ਬਾਈ ਸੀ ਟੈਪ दिल्ली चोर बाजार चो भी नहीं मिलना सही गल सिंगल पीस आ रेट बी सिंगल पीस चोर बाजार च भी नहीं देना बी किसी ने इन का हेडफोन भाई आईफोन वाले भी पाए ये किन्ने रुपया दिया भाई सिर्फ 130 रुपए दिया भाई 130 रुपया ब्लूटूथ कनेक्टेड है ओरिजिनल हेडफोन दिया आईफोन आए हाँ भाई दोस्तों देख लो भाई को टॉफियां के पास समान देखता अपने बठल च रख रखे ने रील रूला बना मुंडे वास्ते रिंग रुंग लाइटा की मुल है बी ਬਈ ਬਾਜ਼ਾਰ ਤੇ ਤੁਹਾਨੂੰ ਪਤਾ ਹੀ ਆ 3-3 ਹਜ਼ਾਰ 2500-2500 ਤੱਕ ਮਿਲਦੀਆਂ ਮਹਿੰਗੀਆਂ ਹੁੰਦੀਆਂ 700-800 ਰੁਪਏ ਦੀ ਪੈ ਜੂ ਸਨੇ ਸਟੈਂਡ ਵਿੱਚੇ ਸਟੈਂਡ ਹਾਂਜੀ ਤੇ ਆਹ ਸਟੈਂਡ ਜਾ ਬਈ ਜਿਹੜਾ ਮੋਬਾਈਲ ਵਾਲਾ ਇਹ ਮੋਬਾਈਲ ਤਾਂ 10 ਰੁਪਏ ਦਾ ਬਈ ਅੱਛਾ ਬਈ ਕੋਲੀ 10 ਰੁਪਏ ਦਾ ਇਹ ਤੇ ਆ ਹੋਰ ਭਰਾ ਚਿੱਪਾਂ ਪਈਆਂ ਜਿਵੇਂ ਮੈਮਰੀ ਕਾਰਡ ਪੈਨ ਡਰਾਈਵਾਂ ਪਈਆਂ ਨੇ ਤੇ ਇਹਨਾਂ ਦੇ ਰੇਟ ਦੀ ਗੱਲ ਕਰੀਏ ਤਾਂ ਇਹਨਾਂ ਦਾ ਮਾਰਕੀਟ ਤੇ ਰੁਪਏ ਦੀ ਮਿਲ ਜੂ ਬਈ ਤੁਹਾਨੂੰ 4GB ਚਿੱਪ 4GB ਇਹਨਾਂ ਦੀ ਗਾਰੰਟੀ ਹੁੰਦਾ 4GB ਚਿੱਪ 180 ਦੀ 180 ਰੁਪਏ ਤੇ ਬਾਜ਼ਾਰ 'ਚ ਤਾਂ ਬਈ ਇਹ 4-500 ਤੋਂ ਘੱਟ ਨਹੀਂ ਦਿੰਦੇ ਆਰਾਮ ਨਾਲ ਬਈ 350-400 ਰੁਪਏ ਦੀ ਚਿੱਪ 350-400 ਦੀ ਦਿੰਦੇ ਆ ਨਾ ਤੇ ਇਹ 210 ਰੁਪਏ ਦੀ ਮਿਲ ਜੂ 8GB ਚਿੱਪ 210 ਦੀ 8GB ਹਾਂਜੀ ਬਈ ਅੱਛਾ ਬਈ 6 ਮਹੀਨੇ ਦੀ ਗਾਰੰਟੀ ਪੈਨ ਡਰਾਈਵ ਆ ਕਾਰ ਰੀਡਰ ਸਾਰਾ ਕੁਝ ਮਿਲ ਜੂ ਤੇ ਆ ਜਿਹੜੀਆਂ ਬਈ ਸੰਡਸ ਕਲੀਆਂ ਆਂਗਾ ਇਹ ਬਈ 64GB ਮਿਲ ਜੂ ਤੁਹਾਨੂੰ 320 ਰੁਪਏ ਦੀ 64GB 320 ਰੁਪਏ ਹਾਂਜੀ ਬਈ 64GB 320 ਦੀ ਕਿਉਂਕਿ ਕਾਫੀ ਹੋ ਜਾਂਦੀ ਆ ਬਈ ਹਨਾ ਬਹੁਤ ਕਾਫੀ ਤੇ ਇਹਦਾ 1 ਸਾਲ ਦੀ ਗਾਰੰਟੀ ਹੈ ਜੀ ਇਹਦੀ 1 ਸਾਲ ਦੀ ਗਾਰੰਟੀ ਆ ਹਾਂਜੀ ਤੇ ਦੇਖ ਸਕਦੇ ਹੋ ਦੋਸਤੋ ਬਿਲਕੁਲ ਜਾਇਜ਼ ਜਿਹਾ ਰੇਟ ਆ ਨਹੀਂ ਤਾਂ ਸੰਡਿਸਕ ਦੀ 64GB ਘੱਟੋ ਘੱਟ 500-600 ਦੇ ਕਰੀਬ ਦਿੰਦੇ ਆ ਬਾਹਰਲੀਆਂ ਦੁਕਾਨਾਂ ਵਾਲੇ ਤੇ ਇਹ ਬਈ ਇੱਕ ਗੱਲ ਤੈਨੂੰ ਹੋਰ ਪੁੱਛਾਂ ਭਰਾ ਜਿਵੇਂ ਤੁਹਾਡੇ ਕੋਲ ਇੰਨਾ ਸਸਤਾ ਰੇਟ ਹੈ ਤਾਂ ਤੁਹਾਡੇ ਕੋਲ ਮੋਬਾਈਲਾਂ ਮੂਲਾਂ ਵਾਲੇ ਵੀ ਪਰ ਬਹੁਤ ਕਹਿੰਦੇ ਹੋਣਗੇ ਵੀ ਬਾਈ ਦੇ ਦੇ ਯਾਰ ਇਕੱਠਾ ਸਮਾਨ ਹੋਲਸੇਲ ਦੇ ਰੇਟ ਹਾਂ ਬਈ ਦੁਕਾਨਾਂ ਵਾਲੇ ਬਹੁਤ ਜੁੜੇ ਹੋਏ ਆ ਨਾਲ ਲੋਕਲ ਦੁਕਾਨਾਂ ਵਾਲੇ ਬਹੁਤ ਲੈ ਕੇ ਜਾਂਦੇ ਆ ਸਮਾਨ ਬਾਕੀ ਅਸੀਂ ਹੋਲਸੇਲ 'ਚ ਐਡਾ ਕੰਮ ਕਰਦੇ ਨਹੀਂ ਹੈਗੇ ਅੱਛਾ ਬਈ ਹੋਲਸੇਲ ਦਾ ਜ਼ਿਆਦੇ ਲੋਕਾਂ ਦਾ ਆਪਣੇ ਕਰਦੇ ਨੇ ਰਿਟੇਲ 'ਚ ਹੀ ਕਰਦੇ ਆ ਰਿਟੇਲ 'ਚ ਹੀ ਜ਼ਿਆਦੇ ਕਰਦੇ ਤੇ ਆਹ ਬਈ ਜਿਹੜੇ ਕਰਾਂਗੇ ਅੱਗੇ ਜਾ ਕੇ ਫੋਲਡਰ ਵਗੈਰਾ ਦਾ ਸਾਰਾ ਟੱਚ ਵਗੈਰਾ ਦਾ ਸਾਰਾ ਕਰਾਂਗੇ ਰਿਟੇਲ 'ਚ ਹੀ ਕਰਾਂਗੇ ਹੋਲਸੇਲ ਦਾ ਨਹੀਂ ਕਰਦੇ ਫੋਲਡਰ ਵਗੈਰਾ ਵੀ ਆਹੀ ਰੇਟ ਪਾ ਕੇ ਦੇਣੇ ਟੌਫੀ ਵਾਲੇ ਬਾਈ ਜਮਾ ਉਹ ਰੇਟ ਕਿਤੇ ਮਿਲਣੇ ਨਹੀਂ ਜਿਹੜਾ ਆਪਾਂ ਦੇਦਾ ਇਹ ਤਾਂ ਹੈ ਬਾਈ ਰੇਟ ਕਿਉਂਕਿ ਇੱਥੋਂ ਹੀ ਆਪਾਂ ਅੰਦਾਜ਼ਾ ਲਾ ਸਕਦੇ ਆਂ ਇੰਨੀਆਂ ਸਸਤੀਆਂ ਸਸਤੀਆਂ ਚੀਜ਼ਾਂ ਤੋਂ ਤੇ ਕਸਟਮ M9 ਪਲੱਸ ਇਹ ਕੀ ਚੀਜ਼ ਆ ਬਈ ਇਹ LED ਨੂੰ ਫੋਨ ਨਾਲ ਜੋੜਨ ਵਾਸਤੇ ਆਪਣਾ ਫੋਨ LED ਚੱਲਣ ਲੱਗ ਜਾਂਦਾ ਅੱਛਾ ਬਈ ਪਤਾ ਜਿਹੜੇ ਇਹ ਫੰਕਸ਼ਨ ਹੈ ਇਹ 50-50 60-60 ਹਜ਼ਾਰ ਦੀਆਂ LED-ਆਂ ਚ ਆਉਂਦੇ ਆ ਹਾਂ ਬਾਈ ਇਹ ਤਾਂ ਹੈ ਇਹ ਨਾਰਮਲ LED ਤੇ ਲਾ ਕੇ ਇਹ ਤੁਹਾਡੇ ਫੋਨ ਤੇ ਚੱਲ ਜੂਗੀ ਫੋਨ ਜਣੀ ਕਿ ਇਹ ਸਿੰਪਲ LED ਨੂੰ ਸਮਾਰਟ LED ਬਣਾ ਦੋ ਹਾਂਜੀ ਤੇ ਕਿੰਨੇ ਰੁਪਈਆਂ ਦਾ ਬਾਈ ਇਹ 450 ਰੁਪਏ ਦਾ ਆ ਦੇਖ ਸਕਦੇ ਹੋ ਦੋਸਤੋ ਜਿਵੇਂ ਆਪਣੇ ਘਰਾਂ 'ਚ ਇਹ ਬਹੁਤ ਚੀਜ਼ ਵਰਤੋਂ ਵਾਲੀ ਆ ਜਿਵੇਂ ਆਪਣੇ ਘਰਾਂ 'ਚ ਨਾਰਮਲ ਹੁੰਦੇ ਆ ਕਈ ਵਾਰੀ LCD ਨਾਰਮਲ ਹੁੰਦੀ ਆ ਹਨਾ ਤਾਂ ਉਹਦੇ ਮਗਰ ਇਹ ਲਾ ਦਿਓ HMDI ਉਹ ਪੋਰਟ ਜਾਂ ਹੁੰਦਾ ਬਾਈ ਹਨਾ ਜਿਹੜਾ ਉਹਦੇ 'ਚ ਲੱਗੂ ਇਹ ਹਾਂਜੀ ਬਾਈ ਤੇ ਇਹ ਉਹਨੂੰ ਸਮਾਰਟ TV ਬਣਾ ਦੋਗੇ ਆ ਦੇਖ ਲਓ ਆ Oppo Vivo ਵਾਲੇ ਜਿਹੜੇ ਹੈੱਡਫੋਨ ਆ Oppo Vivo ਵਾਲੇ ਤੁਹਾਨੂੰ ਪਤਾ 100-150 ਰੁਪਏ ਬਾਜ਼ਾਰ 'ਚ ਆਪਾਂ ਸਿਰਫ 40-50 ਹਜ਼ਾਰ ਰੁਪਏ ਦੇ ਓਰੀਜਨਲ ਓਰੀਜਨਲ ਹਾਂਜੀ ਇਹ ਟੋਟਲੀ ਬਾਈ 40-50 ਰੁਪਏ ਦੇ ਹਾਂ 40-50 ਰੁਪਏ ਦੇ ਤੇ ਬਾਹਰ ਇਹ 100 Vivo Realme ਸਾਰੇ ਮਿਲ ਜਾਣਗੇ 100-200 ਦੇ ਦਿੰਦੇ ਆ ਆ ਹੈੱਡਫੋਨ ਦੇਖ ਸਕਦੇ ਹੋ ਦੋਸਤੋ ਤੁਸੀਂ ਜਮਾ ਬਿਲਕੁਲ ਰੇਟ ਪਾਈਆਂ ਦੇ ਸਿਸਟਮ 'ਚ ਲੱਗਦੀ ਆ ਬਲੂਟੁੱਥ ਬਲੂਟੁੱਥ ਡੋਂਗਲ ਠੀਕ ਆ ਇਹ 200-250 ਤੋਂ ਘੱਟ ਬਾਜ਼ਾਰ 'ਚ ਕਿਤੇ ਵੀ ਨਹੀਂ ਮਿਲਦੀ ਹੈਗੀ ਹਾਂ ਬਾਈ ਸਿਰਫ 80 ਰੁਪਏ ਦੀ ਆ ਇਹ 80 ਰੁਪਏ ਦੀ ਆਪਣੇ ਕੋਲੇ ਯਾਨੀ ਕਿ 2-250 ਵਾਲਾ ਪੁਰਜਾ ਵੀ ਤੁਹਾਡੇ ਕੋਲੇ 70-80 ਰੁਪਏ 'ਚ ਮਿਲ ਜਾਂਦਾ ਬਾਈ ਆ ਬਹੁਤ ਚੱਲੀਆਂ ਅੱਜ ਕੱਲ
ਨਵੀਂ ਜਨਰੇਸ਼ਨ ਦੇ ਜਵਾਕ ਮੰਗਦੇ ਆ ਇਹ 50-50 60-60 ਰੁਪਏ ਨੇ ਦਿੰਦੇ ਆ ਇਹ ਕਾਸ ਤੋਂ ਵੀ ਮੈਨੂੰ ਲੱਗਦਾ ਕੇਬਲ ਟੁੱਟਣ ਤੋਂ ਹੋਊ ਨਾ ਹਾਂ ਡਾਟਾ ਕੇਬਲ ਦੇ ਉੱਤੇ ਆ ਬਾਈ ਸੇਫਟੀ ਹੁੰਦੀ ਹੈ ਤੇ ਆਪਣੇ ਕੋਲ ਸਿਰਫ 10-10 ਰੁਪਏ 15-15 ਰੁਪਏ ਇਹ ਇੱਕ ਪੈਕਟ 10 ਰੁਪਏ ਦਾ 10 ਰੁਪਏ 10 ਰੁਪਏ ਦਾ ਇੱਕ ਪੈਕਟ ਤੇ ਆਪਣੇ ਉਹ ਦਿੰਦੇ ਆ ਇਹ ਬਾਹਰ 50-60 ਦਾ ਹੈ ਹਾਂ ਬਾਹਰ ਤੁਹਾਨੂੰ ਕਹਿ ਦੇਣਗੇ ਵੀ ਉਹਨਾਂ ਨੇ ਬੋਲਿਆ ਸੀਗਾ ਵੀਡੀਓ 'ਚ ਆ 5 ਰੁਪਏ ਵਾਲੀ ਡਾਟਾ ਕੇਬਲ ਜਿੰਨੀਆਂ ਮਰਜ਼ੀ ਲੈ ਲਓ ਸਾਡੇ ਤੋਂ ਸਾਰੀਆਂ ਚੈੱਕ ਕਰਕੇ ਦੇਵਾਂਗੇ ਅੱਛਾ ਬਈ ਚੈੱਕ ਕਰਕੇ ਪਾਸ ਡਾਟਾ ਕੇਬਲ ਬਿਲਕੁਲ 5 ਰੁਪਏ ਆ 5 ਰੁਪਏ ਆ ਦੇਖ ਸਕਦੇ ਹੋ ਦੋਸਤੋ ਬਿਲਕੁਲ ਜਾਇਜ਼ ਜੇ ਰੇਟਾਂ 'ਚ ਸਮਾਨ ਤੇ ਕੇਬਲ ਸਾਡੇ 5 ਦੀ 10 ਦੀ 20 ਦੀ 30 ਦੀ 40 ਦੀ 50 ਦੀ ਸਾਰੀ ਮਿਲ ਜੂਗੀ ਸੀ ਟਾਈਪ ਡਾਟਾ ਕੇਬਲ ਤੁਹਾਨੂੰ ਪਤਾ 100 ਤੋਂ ਘੱਟ ਕਿਤੇ ਨਹੀਂ ਮਿਲਦੀ ਹਾਂ ਬਈ ਸਾਡੇ ਕੋਲੇ ਵਧੀਆ ਗਾਰੰਟੀ ਵਾਲੀ ਡਾਟਾ ਕੇਬਲ ਤੁਹਾਨੂੰ 60 ਰੁਪਏ 70 ਰੁਪਏ ਤੱਕ ਮਿਲ ਜੂਗੀ 60 ਰੁਪਏ ਦੀ 70 ਰੁਪਏ ਦੀ ਮਿਲ ਜੂਗੀ ਵੈਸੇ 10 ਰੁਪਏ ਤੋਂ ਸਟਾਰਟ ਤੇ ਆਹ ਬਈ ਜਿਹੜੇ ਇਧਰ ਆ ਕੀ ਚੀਜ਼ ਆਈਟਮ ਚਾਰਜ ਆ Samsung ਦੇ Vivo ਬਈ Samsung Vivo Oppo MI ਤੇ OnePlus ਦਾ ਵੀ ਪਿਆ ਅੱਛਾ ਬਈ ਉਹ ਪਰੇ OnePlus ਦਾ ਵੀ ਪਿਆ ਆ ਮੈਕ ਵੀ ਪਿਆ ਇਹ ਕਿੰਨੇ ਕਿੰਨੇ ਰੁਪਏ ਦੇ ਬਈ ਚਾਰਜ ਇਹ 4 ਰੁਪਏ ਅਲੱਗ ਅਲੱਗ ਰੇਟ ਹੈ ਇਹਨਾਂ ਦੇ ਇਹ ਵਧੀਆ ਅਲੱਗ ਅਲੱਗ ਪੈਰ ਜਿਵੇਂ 35 ਵਾਟ ਦਾ ਹੁੰਦਾ ਜਾਂ 30 ਵਾਟ ਦਾ ਹੁੰਦਾ 350 ਰੁਪਏ ਦਾ 250 ਰੁਪਏ ਦਾ 150 ਰੁਪਏ ਦਾ ਮਿਲ ਜੂਗਾ 1000 1500 ਸੁਧ ਘੱਟ ਅਡਾਪਟਰ ਦਿੰਦੇ ਨਹੀਂ ਹੈਗੇ ਬਾਜ਼ਾਰ ਦੇ ਵਿੱਚ ਜਿਹੜੇ ਡਾਟਾ ਕੇਬਲ ਮਿਲੂਗਾ ਤੁਹਾਨੂੰ ਓਰੀਜਨਲ ਤੇ ਮੈਂ ਕਿਹੜਾ ਦਿਖਾਉਂਦਾ ਸੀ ਬੜੇ ਭਾਈ ਮੈਂ ਕਿਹਾ ਆਈਫੋਨ ਕਨੈਕਟਡ ਹੋ ਜੀ ਕੇਟ ਇਹ ਆਈਫੋਨ ਨਾਲ ਕਨੈਕਟ ਹੋ ਜਾਂਦਾ ਕਿ ਦੂਜੇ ਨਾਲ ਵੀ ਹੋ ਜਾਂਦਾ ਸਾਰੇ ਨਾਲ ਹੋ ਜਾਂਦਾ ਬਾਈ ਅੱਛਾ ਬਾਈ ਦਿਖਾਉਂਗੇ ਬਾਈ ਕੱਢ ਕੇ ਬੜਾ ਜੀ ਟਾਈਪ ਨਾਲ ਵਾਇਰਲੈਸ ਆ ਵਾਇਰਲੈਸ ਵਾਇਰਲੈਸ ਮੈਕ ਆ ਦੋਸਤੋ ਨਹੀਂ ਤਾਂ ਵਾਇਰਲੈਸ ਮੈਕ ਕਾਫੀ ਮਹਿੰਗੇ ਆਉਂਦੇ ਆ ਤੇ ਇਹ ਕਿੰਨੇ ਰੁਪਏ ਦਾ ਬਾਈ ਇਹਦਾ ਰੇਟ ਬਾਈ 550 ਰੁਪਏ ਰੇਟ ਆ 550 ਰੁਪਏ ਰੇਟ ਆ ਹੈ 550 ਰੁਪਏ ਚ ਵਾਇਰਲੈਸ ਮੈਕ ਦੇਖ ਸਕਦੇ ਹੋ ਦੋਸਤੋ ਆਈਫੋਨ ਦੇ ਵੀ ਲੱਗਦਾ ਤੇ ਐਂਡਰੋਇਡ ਦੇ ਵੀ ਲੱਗਦਾ ਕੋਲੇ ਮੈਕ 70 ਰੁਪਏ ਤੋਂ ਸਟਾਰਟ ਆ ਵਾਇਰ ਵਾਲੇ ਆ ਦੇਖ ਸਕਦੇ ਹੋ ਤੁਸੀਂ ਮੈਕ ਇਹ ਕਿਉਂਕਿ ਬਈ ਜਿਹੜੇ ਮੇਰੇ ਵਰਗੇ ਭਰਾ ਯੂਟਿਊਬਰ ਆ ਉਹਨਾਂ ਦੇ ਬਹੁਤ ਇਹ ਕੰਮ ਦੀ ਚੀਜ਼ ਆ ਸੜਕ ਤੇ ਖੜ ਕੇ ਤੁਸੀਂ ਵੀਡੀਓ ਬਣਾਓਗੇ ਨਾ ਇਹਦੇ ਵਿੱਚ ਸਿਰਫ ਤੁਹਾਡੀ ਆਵਾਜ਼ ਆਊਗੀ ਕੋਈ ਗੱਡੀ ਦੀ ਹਾਰਨ ਦੀ ਕੋਈ ਆਵਾਜ਼ ਨਹੀਂ ਇਹਦੇ ਵਿੱਚ ਕੈਚ ਕਰੂਗੀ ਪੰਖਾ ਚੱਲਦਾ ਉਹਦੀ ਕੋਈ ਆਵਾਜ਼ ਨਹੀਂ ਆਉਗੀ ਨੋਇਸ ਉਹ ਕਰ ਲੈਂਦੇ ਆ ਹਾਂਜੀ ਬਈ ਤੇ ਇਹ ਕਿੰਨੇ ਦੇ ਦੱਸਿਆ ਸੀ ਬਈ 500 ਦੇ 550 550 ਦੇ ਤੇ ਹੋਰ ਕਿਹੜੇ ਕਿਹੜੇ ਨੇ ਭਰਾ ਆਪਣੇ ਕੋਲ ਹੋਰ ਵੀ ਦਿਖਾ ਦਿਓ ਹੋਰ ਤਰ੍ਹਾਂ ਦੇ ਮੈਕ ਪਏ ਨੇ ਬਈ ਹੁਣ ਇੱਥੇ ਡਿਸਪਲੇ ਨਹੀਂ ਕੀਤੇ ਹੋਏ ਤੇ ਬਾਕੀ ਦੋਸਤੋ ਜਿਵੇਂ ਹਾਂ ਜਿਵੇਂ ਉਹ ਹਜੇ ਲਾਵਾਂਗੇ ਤੇ ਬਾਕੀ ਦੋਸਤੋ ਜਿਵੇਂ ਭਰਾ ਨੇ ਦੱਸਿਆ ਵੀ ਹਲੇ ਇਹ ਸਮਾਨ ਤਾਂ ਅੱਧਾ ਕੀ ਆ ਬਈ ਹਨਾ ਇਹ ਤਾਂ ਬਈ ਅੱਧੇ ਤੋਂ ਵੀ ਅੱਧਾ ਅੱਧੇ ਤੋਂ ਵੀ ਅੱਧਾ ਤੇ ਅੱਧੇ ਤੋਂ ਵੀ ਅੱਧਾ ਸਮਾਨ ਇਹ ਦੁਕਾਨ ਤੇ ਆ ਹਲੇ ਬਾਕੀ ਸਮਾਨ ਘਰੇ ਪਿਆ ਸਟਾਕ ਬਾਈਆਂ ਕੋਲੇ ਬਹੁਤ ਜ਼ਿਆਦਾ ਆ ਤੁਸੀਂ ਦੁਕਾਨ ਤੇ ਬਾਈਆਂ ਦੀ ਤੇ ਸ਼ੌਪ ਤੇ ਵਿਜ਼ਿਟ ਜ਼ਰੂਰ ਕਰੋ ਲਓ ਵੀ ਬਿਲੀਅ ਜਿਵੇਂ ਤੁਹਾਨੂੰ ਦਿਖਾਇਆ ਬਾਈਆਂ ਕੋਲੇ ਸਮਾਨ ਬਹੁਤ ਹੀ ਜਾਇਜ਼ ਰੇਟਾਂ ਦਾ ਬਹੁਤ ਹੀ ਘੱਟ ਰੇਟਾਂ ਦਾ ਤੇ ਬਾਈਆਂ ਦੇ ਐਡਰੈਸ ਦੀ ਗੱਲ ਕਰੀਏ ਤਾਂ ਜਿਹੜੀ ਮਸਤੂਆਣਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਰੋਡ ਆ ਉਹਦੇ ਤੋਂ 3-4 ਦੁਕਾਨਾਂ ਛੱਡ ਕੇ ਬਾਈ ਹੋਰਾਂ ਦੀ ਸ਼ੌਪ ਰਹਿ ਗਈ ਬਾਈ ਦਾ ਨਾਮ ਚਰਨਪ੍ਰੀਤ ਸਿੰਘ ਚਰਨਪ੍ਰੀਤ ਸਿੰਘ ਬਾਈ ਦਾ ਨਾਮ ਬਿਲਕੁਲ ਜਾਇਜ਼ ਰੇਟਾਂ ਤੇ ਜਿਵੇਂ ਦੱਸਿਆ ਉਹਨੂੰ ਦੋਸਤੋ ਦਿਖਾ ਕੇ ਡਿਆ ਸਮਾਨ ਮਿਲਦਾ ਤੇ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸੋ ਕਹਿਰ ਜੀ ਲੱਗੀ ਤੇ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਦਾ ਫਾਇਦਾ ਹੋ ਸਕੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਹੋਰ ਵੀਡੀਓ ਦੇਖਣ ਲਈ ਆਪਣਾ ਏਕੇਡੀਵੀ ਪੰਜਾਬ ਚੈਨਲ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ